ਨੂੰ ਤੋੜਨਾ ਆਪਣਾ ਧਰਮ ਸਮਝਦਾ ਹੈ। ਇਹ ਤੁਸੀਂ ਬਕਾਇਦਾ ਤੌਰ 'ਤੇ ਜਿੱਥੇ ਜਿੱਥੇ ਇਹਨੇ ਨੌਕਰੀ ਕਰਦਾ ਹੈ ਜਾਂ ਕਰ ਰਿਹਾ ਹੈ ਉੱਥੇ ਪੁੱਛੋ ਵੀ ਇਹ ਚੰਗੀ ਤਰ੍ਹਾਂ ਆਪਣੀ ਡਿਊਟੀ ਨਿਭਾਉਂਦਾ ਕਿ ਨਹੀਂ ਨਿਭਾਉਂਦਾ, ਜਾਂ ਇਹਦਾ ਟਰੈਕ ਰਿਕਾਰਡ ਇਹੋ ਜਿਹਾ ਹੈ ਵੀ ਇਹਨੇ ਡਿਊਟੀ ਬੜੀ ਚੰਗੀ ਤਰ੍ਹਾਂ ਨਿਭਾਈ ਹੈ, ਜਾਂ ਬੜਾ ਡੈਕੋਰੇਟਿਡ ਆਫਿਸਰ ਹੈ, ਉਹ ਸਕਰੀਨਸ਼ੋਟ 'ਚ ਹੀ ਹੈ, ਸਭ ਕੁਛ ਹੀ ਯੂਜ਼ ਕਰਦਾ ਰਿਹਾ ਉਹਨੇ ਹਰਾਮਜ਼ਾਦਾ, ਬਾਸਟਰਡ, ਮਦਰ ਫਕਰ, ਡਰਟੀ ਡੌਗ, ਪਤਾ ਨਹੀਂ ਕੀ ਕੁਛ ਇਹ ਵਰਤਦਾ ਰਿਹਾ। ਇਹ ਸ਼ਬਦਾਵਲੀ ਹੈ ਜਾਂ ਅਸੀਂ ਇਹ ਸ਼ਬਦਾਵਲੀ ਵਰਤਦੇ ਹਾਂ? ਹੈਲੋ, ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਹੈ ਸੇਖੋ ਸਰ? ਸਰ ਮਿਹਰਬਾਨੀ ਮਿਹਰਬਾਨੀ, ਹੁਕਮ ਸਰ। ਸੇਖੋ ਸਾਹਿਬ, ਰਿਕਾਰਡਿੰਗ ਔਨ ਕਰੋ ਆਪਣੇ ਫੋਨ ਦੀ, ਇਹ ਆਲਵੇਜ਼ ਚੱਲਦੀ ਰਹਿੰਦੀ ਸਰ, ਹੁਕਮ ਕਰੋ। ਹਾਂ ਸੁਣੋ ਸਰ, ਪੋਲਿਟਿਕਸ ਨਾ ਬੜੀ ਮਹਿੰਗੀ ਪੈਂਦੀ ਹੈ ਇੰਪਲੋਈ ਨੂੰ। ਮੈਂ ਨਹੀਂ ਸਰ ਕੁਛ ਵੀ ਕਰ ਰਿਹਾ ਜੀ, ਜਿੰਨੀ ਜ਼ੋਰ ਨਾਲ ਕਰਕੇ ਦੇਖ ਸਕਦਾ ਨਾ ਕਰਕੇ ਦੇਖ ਲੈ, ਇੰਨਾ ਕਮਜ਼ੋਰ ਮੈਨੂੰ ਸਮਝੀ ਨਾ ਜਿੰਨਾ ਤੂੰ ਪੋਲਿਟਿਕਸ ਜੀ ਕਰਕੇ ਇੱਥੇ ਚੁਗਲ ਜਿਹਾ ਬਣਿਆ ਹੋਇਆ। ਰਾਈਟ ਸਰ, ਹੋਰ ਸਰ, ਜਿੰਨੀ ਜਿੰਨੀ ਮਦਦ ਤੇਰੀ ਕਰਦੇ ਸੀ ਨਾ ਮਿੱਧ ਕੇ ਰੱਖ ਦਿਆਂਗੇ, ਕਿਸੇ ਕੋਲ ਨਹੀਂ ਬਚਾ ਹੋਏਗਾ ਤੇਰੇ ਕੋਲ। ਚਲੋ ਸਰ, ਤੁਹਾਨੂੰ ਕੋਈ ਗਲਤ ਫਹਿਮੀ ਹੋਣੀ ਹੈ, ਗਲਤ ਫਹਿਮੀ 'ਚ ਉਦੋਂ ਮੈਂ ਤੈਨੂੰ ਕਿਹਾ ਸੀ ਤੂੰ ਵਿੱਚ ਪਾਰਟੀ ਨਾ ਬਣੀ। ਕਾਹਦੇ ਵਿੱਚ ਸਰ? ਆਪਣੀ ਆਪਣੀ ਪੁਲਿਸਿੰਗ 'ਤੇ ਹੀ ਰਹਿ, ਜੋ ਕੰਮ ਤੈਨੂੰ ਦਿੱਤਾ ਗਿਆ, ਰਿਪੋਰਟਾਂ ਰਿਪੋਰਟਾਂ ਬਣਦੀਆਂ ਹੀ ਰਹਿੰਦੀਆਂ, ਇਹ ਆਪੇ ਠੀਕ ਕਰ ਲਾਂਗੇ। ਠੀਕ ਹੈ ਸਰ, ਤਾਂ ਫਿਰ ਵੀ ਮੈਨੂੰ ਮਾੜਾ ਗਾਈਡ ਕਰ ਦਿਓ ਕਿ ਕਿਹਦੇ ਬਾਰੇ ਕਹਿ ਰਹੇ ਹੋ। ਤੂੰ ਸਮਝਦਾ ਇੰਨਾ ਅਣਜਾਣ ਨਹੀਂ ਹੈ। ਨਹੀਂ ਸਰ, ਹੁਣ ਤੁਸੀਂ ਆਉਂਦੀ ਕਰਾ ਹੀ ਰਹੇ ਹੋ ਨਾ, ਤੁਸੀਂ ਜਿਹੜਾ ਦੱਸਦੇ ਬੋਲਦੇ ਹੋ ਜੋ ਬੋਲਣਾ, ਤੁਸੀਂ ਆਪ ਕੇ ਰਿਕਾਰਡਿੰਗ ਦੇ ਕਰਾ ਲਓ, ਦੱਸੋਗੇ ਕੀ ਹੁਕਮ ਕਰੋ ਮੈਨੂੰ? ਹਾਂ, ਤੂੰ ਬੜਾ ਚਤਰ ਬਣਦਾ ਆ, ਦੱਸੋ ਨਾ ਕੋਈ ਰੀਜ਼ਨ ਤਾਂ ਦੱਸੋ ਕਿਸ ਗੱਲ ਤੇ? ਕੰਸਟੀਚੁਐਂਸੀ ਦੀ ਡਿਵੈਲਪਮੈਂਟ ਵਾਸਤੇ ਨਹੀਂ ਹੈ ਇੱਥੇ। ਮੈਂ ਡਿਵੈਲਪਮੈਂਟ ਵਾਸਤੇ ਹੀ ਹਾਂ ਸਰ, ਆਪਣੇ ਆਪਣੇ ਮਿਨਿਸਟਰ ਦੇ ਔਰ ਬਣੀ ਦੇ ਇੰਟਰਸਟ ਵਾਚ ਕਰਨ ਲਈ ਇੱਥੇ ਹਾਂ। ਬਿਲਕੁਲ ਨਹੀਂ ਸਰ, ਸਾਡੇ ਲਈ ਕਿਸੇ ਕਿਸੇ ਇੰਟਰਸਟ ਕਿਸੇ ਵੀ ਡਿਵੈਲਪਮੈਂਟ 'ਚ ਜਿੰਨਾ ਮਰਜ਼ੀ ਸਰਕਾਰ ਦਾ ਜਾਂ ਸਾਡਾ ਨੁਕਸਾਨ ਹੋਵੇ ਤੂੰ ਨਹੀਂ ਇੰਟਰਫੇਅਰ ਕਰਨਾ, ਨਾ ਹੀ ਕੋਈ ਸੜਕ ਬਣੇਗੀ। ਸਰ, ਹਾਈ ਕੋਰਟ ਦਾ ਕੇਸ ਹੈ ਜੀ ਇਹਦੇ ਵਿੱਚ, ਹਾਈ ਕੋਰਟ ਨੂੰ ਕਹਿੰਦੇ ਵੀ ਮੰਤਰੀ ਨਹੀਂ ਬਣਨ ਦਿੰਦਾ। ਹਾਈ ਕੋਰਟ ਦਾ ਕੇਸ ਮੈਨੂੰ ਪੜਾਉਣਾ, ਤੇਰੀਆਂ ਸਾਰੀਆਂ ਤੇਰੀਆਂ ਵਕਾਲਤਾਂ ਮੈਂ ਸਾਰੀਆਂ ਪੜੀਆਂ ਹੋਈਆਂ ਸਰ। ਉਹ ਸਾਰੇ ਹਾਈ ਕੋਰਟ ਦਾ ਕੇਸ ਹੈ, ਕਾਰਪੋਰੇਸ਼ਨ ਦੇ ਵਿੱਚ ਇੰਟਰਫੀਅਰ ਤੂੰ ਨਹੀਂ ਕਰੇਗਾ ਯਾਰ, ਤੂੰ ਨਹੀਂ ਕਰੇਗਾ। ਸਰ ਕਮਾਲ ਦੀ ਗੱਲ, ਮੈਂ ਕਿਸ ਤਰੀਕੇ ਨਾਲ ਉਹ ਕਰ ਸਕਦਾ ਜੀ ਉਹਨਾਂ ਨੂੰ? ਆਪਾਂ ਗ੍ਰੀਨ ਬੈਲਟ, ਤੂੰ ਉੱਥੇ ਆ ਫਿਰ ਤੈਨੂੰ ਮੈਂ ਦੱਸਾਂ ਕਿਵੇਂ ਕਰੇਗਾ ਤੂੰ। ਗ੍ਰੀਨ ਬੈਲਟ ਆਪਾਂ ਉੱਥੇ ਅਲਾਟ ਕਰ ਦਿੱਤੀ ਹੈ ਜੀ ਉਹਨਾਂ ਨੂੰ। ਤੂੰ ਮੈਨੂੰ ਪੜਾ ਨਾ, ਉਹ ਸਰ ਤੂੰ ਨਹੀਂ ਕਰੇਗਾ ਮੇਰੇ। ਸਰ ਮੈਂ ਪੜਾ ਨਹੀਂ ਰਿਹਾ, ਮੇਰੀ ਗੱਲ ਇੱਥੋਂ ਹਟਾ ਲੈ ਆਪਣੇ ਬੰਦੇ ਔਰ ਤੂੰ ਵੀ ਚਲੇ ਜਾ, ਮੇਰੀ ਕੰਸਟੀਚੁਐਂਸੀ ਚ ਤੂੰ ਦਖਲ ਨਹੀਂ ਦੇਗਾ। ਸਰ ਕੰਸਟੀਚੁਐਂਸੀ ਚ ਮੈਂ ਦਖਲ ਨਹੀਂ ਦੇ ਰਿਹਾ ਜੀ, ਜੇ ਮੈਂ ਚੀਜ਼ ਕੋਈ ਗਲਤ ਕਰ ਰਿਹਾ ਹਾਂ ਮਾਸ ਛੁੱਟੀ ਲੈ ਜਾ ਬਾਈ, ਤੈਨੂੰ ਕੁਛ ਨਹੀਂ, ਤੈਨੂੰ ਹਾਈ ਕੋਰਟ ਤੋਂ ਡਰ ਲੱਗਦਾ ਛੁੱਟੀ ਲੈ ਜਾ। ਨਹੀਂ, ਮੈਨੂੰ ਹਾਈ ਕੋਰਟ ਤੋਂ ਨਹੀਂ ਹੋਏਗਾ ਸਰ, ਮੈਨੂੰ ਹਾਈ ਕੋਰਟ ਤੋਂ ਡਰ, ਮੈਨੂੰ ਕੀ ਜੀ, ਮੈਨੂੰ ਜੋ ਆਰਡਰ ਹੈ ਚਲੇ ਜਾ ਯਾਰ, ਤੈਨੂੰ ਸਮਝ ਨਹੀਂ ਆਉਂਦੀ ਮੰਤਰੀ ਬੋਲਦਾ ਪਿਆ ਤੇਰੇ ਨਾਲ, ਅੱਖੋਂ ਪੜਾਈ ਜਾਂਦਾ ਮੈਨੂੰ। ਕਮਾਲ ਦੀ ਗੱਲ ਹੈ ਸਰ ਤੁਹਾਡੇ ਕੀ, ਮੈਂ ਉਹ ਚੀਜ਼ ਕਰ ਰਿਹਾ ਹੋਵਾਂ ਜਿਹੜੀ ਚੀਜ਼ ਕੋਈ ਆਰਡਰ ਨਾ ਹੋਵੇ, ਫਿਰ ਤਾਂ ਤੁਸੀਂ ਮੈਨੂੰ ਇਸ ਚੀਜ਼ ਵਾਸਤੇ ਮੈਨੂੰ ਕਹੋ ਜਾਂ ਨਾਰਾਜ਼ ਹੋਵਾਂ। ਤਮੀਜ਼ ਚ ਰਹਿ, ਤਮੀਜ਼ ਚ ਰਹਿ, ਅੱਗੋਂ ਮੈਨੂੰ ਬਿਲਕੁਲ ਬਦਤਮੀਜ਼ੀ ਪਸੰਦ ਨਹੀਂ, ਚਾਹੇ ਮੈਨੂੰ ਕੋਈ ਕਾਨੂੰਨ ਪੜਾਵੇ, ਤੇਰਾ ਕਾਨੂੰਨ ਤਾਂ ਮੈਂ ਵੈਸੇ ਨਹੀਂ ਪੜਨਾ। ਸਰ ਮੈਂ ਇੱਦਾਂ ਦੀ ਕੋਈ ਚੀਜ਼ ਨਹੀਂ ਕਰ ਰਿਹਾ ਜੀ, ਜਿਹੜੀ ਚੀਜ਼ ਆਰਡਰ ਦੇ ਮੁਤਾਬਕ ਹੈ ਉਹਦੇ ਮੁਤਾਬਕ ਕਰ ਰਿਹਾ ਜੀ, ਕੋਈ ਗਲਤ ਨਹੀਂ ਕਰ ਰਿਹਾ। ਤੈਨੂੰ ਕਹਿਣਾ ਸਿੱਖ ਤੇ ਇੱਥੋਂ ਹਟ ਜਾ, ਇਹ ਤਾਂ ਪੋਸੀਬਲ ਨਹੀਂ। ਫਿਰ ਆ ਜਾ ਉੱਥੇ, ਮੈਂ ਵੀ ਆਇਆ, ਪੋਸੀਬਲ ਨਹੀਂ। ਚਲੋ ਕੋਈ ਗੱਲ ਨਹੀਂ ਸਰ, ਠੀਕ ਹੈ। ਹਾਂ, ਜੋ ਇਸਕੋ ਵਟਸਐਪ ਪੇ ਕੋਈ ਮੈਸੇਜ ਭੇਜੇ ਹੈ ਮੈਨੇ, ਠੀਕ ਹੈ, ਔਰ ਮੈਨੇ ਕੋਈ ਮੈਸੇਜ ਐਸਾ ਕੋਈ ਵਲਗਰ ਮੈਸੇਜ ਨਹੀਂ ਭੇਜਾ, ਇਸਕੀ ਆਤਮਾ ਕੀ ਮਰੀ ਹੋਈ ਇਸਕੀ ਆਤਮਾ ਕੋ ਜਗਾਨੇ ਕੇ ਲੀਏ ਵੋ ਮੈਸੇਜ ਕੀਏ ਥੇ, ਤੋ ਵੋ ਮੇਰੇ ਪੇ ਭਾਰੀ ਪੜੇ ਹੈ। 130 ਫਲੈਟ ਆਈ ਥਿੰਕ ਵੋ ਬਣ ਰਹੇ ਹੈ, ਠੀਕ ਹੈ, ਤੋ ਉਸਮੇ ਕਾਫੀ ਮਤਲਬ ਸਾਰੀਆਂ ਇਰੈਗੂਲਰਟੀਜ਼ ਹੈ, ਤੋ ਇਨਕਾ ਹਰ ਜਗ੍ਹਾ ਹੀ ਮਤਲਬ 150-200 ਕਰੋੜ ਰੁਪਏ ਕਾ ਪ੍ਰੋਜੈਕਟ ਹੈ ਵੋ, ਤੋ ਸਾਰੇ ਲੁਧਿਆਣੇ ਮੇਂ ਔਰ ਪਤਾ ਨਹੀਂ ਕਹਾਂ ਕਹਾਂ ਇਨਕਾ ਹਰ ਜਗ੍ਹਾ ਇਨਵੋਲਵਮੈਂਟ ਹੈ, ਇਨਕਾ ਸਾਰੀ ਮਤਲਬ ਪੁਰਾਣੇ ਯਹਾਂ ਕੇ ਰਹਿਣੇ ਵਾਲੇ ਹੈ, ਪੁਰਾਣਾ ਕ੍ਰਿਮੀਨਲ ਰਿਕਾਰਡ ਹੈ ਇਨਕਾ, ਕਿ ਅਗਰ ਮੁਝੇ ਕੋਈ ਵੀ ਨੁਕਸਾਨ ਹੋਤਾ ਹੈ ਕਿਸੇ ਤਰ੍ਹਾਂ ਕਾ, ਕੋਈ ਮਤਲਬ ਜਾਨ ਕਾ, ਮਾਲ ਕਾ, ਮੇਰੇ ਪਰਿਵਾਰ ਕੋ, ਮੇਰੇ ਵਾਈਫ ਅਗਰ ਮੈਂ ਕੁਛ ਵੀ ਹੈ, ਉਸਕੀ ਜ਼ਿੰਮੇਵਾਰੀ ਡਾਇਰੈਕਟਲੀ ਤੋ ਭਾਰਤ ਭੂਸ਼ਣ ਆਸ਼ੂ ਵੀ ਹੈ, ਐਕਟਰ ਤੋ ਯਹੀ ਕਰੇਗਾ ਜੋ ਕਰੇਗਾ ਜਿਸਕੀ ਪਰਸਨਲ ਪ੍ਰੋਬਲਮ ਹੈ, ਲੇਕਿਨ ਇਸਕੀ ਸਹਾਇਤਾ ਕਰਨੇ ਕੇ ਲੀਏ ਜੋ ਪ੍ਰੋਵਾਈਡ ਕੀਆ ਗਿਆ ਮਾਹੌਲ ਹੈ ਵੋ ਸਰਕਾਰ ਨੇ ਕਰਵਾਇਆ ਹੋਇਆ ਹੈ, ਹਮਾਰੇ ਡਿਪਾਰਟਮੈਂਟ ਨੇ ਕਰਾਇਆ ਹੋਇਆ ਹੈ, ਤੋ ਸਭੀ ਜ਼ਿੰਮੇਵਾਰ ਹੋਗੇ ਜੀ, ਔਰ ਇਕੱਲਾ ਹੋਗੇ ਸਭੀ ਜ਼ਿੰਮੇਵਾਰ ਕਲੈਕਟਿਵ ਹੋਗੇ। ਇੱਦਾਂ ਦਾ ਕੋਈ ਇਸ਼ੂ ਨਹੀਂ ਹੈ ਵੀ ਸ਼ਿਕਾਇਤ ਕਰਨੀ ਹੈ ਕੀ ਨਹੀਂ ਹੈ, ਉਹ ਆਪ ਹੀ ਇਸ ਲੈਵਲ ਦੀਆਂ ਵਧੀਕੀਆਂ ਕਰਨ ਲੱਗਿਆ ਹੋਇਆ ਸੀਗਾ, ਮੈਨੂੰ ਵਟਸਐਪ ਕੋਈ ਡੈਰੋਗੇਟਰੀ ਲੈਂਗੁਏਜ ਨਾਲ ਲਿਖਣੇ, ਉਹਨੂੰ ਬਾਅਦ 'ਚੋਂ ਫੇਸਬੁੱਕ 'ਤੇ ਲੈਣਾ, ਤਾਂ ਉਹਦੇ ਖਿਲਾਫ਼ ਐਕਸ਼ਨ ਹੋਇਆ, ਉਹ ਤਾਂ ਡਿਪਾਰਟਮੈਂਟ ਆ ਉਹ ਦੇਖੇ, ਉਹ ਕਹਿੰਦਾ ਆ ਵੀ ਮੇਰੀਆਂ ਤਨਖਾਹਾਂ ਬੰਦ ਕਰ ਦਿੱਤੀਆਂ, ਤਾਂ ਜ਼ਰੂਰ ਡਿਪਾਰਟਮੈਂਟ ਨੂੰ ਪੁੱਛਿਆ ਜਾਣਾ ਚਾਹੀਦਾ ਵੀ ਕਿਉਂ ਨਹੀਂ, ਜਿਹੜੇ ਬੰਦੇ ਨੂੰ ਇੱਥੇ ਜਿਹੜੇ ਨੌਕਰੀਆਂ ਕਰਦੇ ਉਹਨਾਂ ਨੂੰ ਪਤਾ ਲਾਸਟ ਪੇ ਸਰਟੀਫਿਕੇਟ ਲੈਣਾ ਪੈਂਦਾ, LPC ਨਹੀਂ ਜਾਰੀ ਕੀਤਾ ਕਿਉਂਕਿ ਕਾਰਪੋਰੇਸ਼ਨ ਦੀਆਂ ਇਹਨੇ 4-4 ਮਹੀਨੇ ਗੱਡੀ ਨਹੀਂ ਮੋੜੀ, ਅਤੇ ਅਗਲਿਆਂ ਨੇ LPC ਜਾਰੀ ਨਹੀਂ ਕੀਤੀ ਅਤੇ ਤਨਖਾਹ ਨਹੀਂ ਬਣੀ, ਉਹਦੇ ਸਰਕਾਰ ਨੇ ਕੋਈ ਨਹੀਂ ਇਹਦੀ ਰੋਕ ਲਗਾਈ, ਕਿਉਂਕਿ ਇਹ ਕਾਨੂੰਨ ਨੂੰ ਤੋੜਨਾ ਆਪਣਾ ਧਰਮ ਸਮਝਦਾ ਆ।
ਇਹ ਤੁਸੀਂ ਬਕਾਇਦਾ ਤੌਰ 'ਤੇ ਜਿੱਥੇ ਜਿੱਥੇ ਇਹਨੇ ਨੌਕਰੀ ਕਰਦਾ ਹੈ ਜਾਂ ਕਰ ਰਿਹਾ ਹੈ ਉੱਥੇ ਪੁੱਛੋ ਵੀ ਇਹ ਚੰਗੀ ਤਰ੍ਹਾਂ ਆਪਣੀ ਡਿਊਟੀ ਨਿਭਾਉਂਦਾ ਕਿ ਨਹੀਂ ਨਿਭਾਉਂਦਾ, ਜਾਂ ਇਹਦਾ ਟਰੈਕ ਰਿਕਾਰਡ ਇਹੋ ਜਿਹਾ ਹੈ ਵੀ ਇਹਨੇ ਡਿਊਟੀ ਬੜੀ ਚੰਗੀ ਤਰ੍ਹਾਂ ਨਿਭਾਈ ਹੈ, ਜਾਂ ਬੜਾ ਡੈਕੋਰੇਟਿਡ ਆਫਿਸਰ ਹੈ, ਭਰਿਆ ਪਿਆ ਇਹੋ ਜਿਹੇ ਜੋ ਇਹਦੇ ਮਾੜੇ ਕਰਮ ਹੈ ਉਹਦੇ ਨਾਲ ਇਹਦਾ ਟਰੈਕ ਰਿਕਾਰਡ।